A South Asian Canadian channel. ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ, ਉਹਨਾਂ ਦੀ ਇੱਕੋ ਕਹਾਣੀ ਹੁੰਦੀ ਸੀ ਨਾ ਕਿ 70 ਸਾਲ ਦੇ ਵਿੱਚ ਕੁਛ ਨਹੀਂ ਹੋਇਆ, 70 ਸਾਲ ਦੇ ਵਿੱਚ ਦੁਨੀਆ ਬਦਲੀ ਹੈ। ਦੇਖੋ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਪੁੱਛ ਕੇ ਦੇਖੋ, ਪਹਿਲਾਂ ਕੀ ਹੁੰਦਾ ਸੀ? ਕਿਤੇ ਨਾ ਕਿਸੇ ਕੋਲ ਸਾਈਕਲ ਵੀ ਨਹੀਂ ਸੀ ਹੁੰਦਾ, ਟਾਂਗੇ ਗੱਡੇ ਹੁੰਦੇ ਸੀ। ਅੱਜ ਹਰ ਬੰਦੇ ਕੋਲ ਕਾਰ ਹੈ, ਕਿੰਨੀਆਂ ਸੋਹਣੀਆਂ ਸੜਕਾਂ ਬਣ ਗਈਆਂ, ਕਿੰਨਾ ਇਨਫਰਾਸਟਰਕਚਰ ਬਣ ਗਿਆ। ਕੋਈ ਵੀ ਸਰਕਾਰ ਰਹੀ, ਹਰ ਸਰਕਾਰ ਦਾ ਫੰਡ ਬਣਿਆ ਕਿ ਡਿਵੈਲਪਮੈਂਟ ਕਰੇ, ਪਰ ਉਹਨਾਂ ਨੇ ਇੱਕੋ ਤਬਾਹ ਕਿ ਜੀ ਕੁਛ ਨਹੀਂ ਹੋਇਆ ਜੀ, ਸਾਡੀ ਕਰਪਸ਼ਨ ਬਹੁਤ ਹੈ ਜੀ, ਮਾਈਨਿੰਗ ਬਹੁਤ ਹੋ ਰਹੀ ਹੈ। ਮੈਂ ਤੈਨੂੰ ਪੁੱਛਣਾ ਵੀ ਲੋਕਾਂ ਨੇ ਕੀ ਲੈਣਾ? ਲੋਕਾਂ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਰੇਤਾ ਕੀ ਰੇਟ 'ਤੇ ਮਿਲਦਾ, ਬਾਜਰੀ ਕੀ ਰੇਟ 'ਤੇ ਮਿਲਦੀ ਹੈ, ਉਹਨੂੰ ਸਹੂਲਤਾਂ ਕੀ ਮਿਲਦੀਆਂ ਨੇ। ਇੱਕ ਸਹੂਲਤ ਦੱਸ ਦਿਓ ਜਿਹੜੀ ਉਹਨੇ ਦਿੱਤੀ ਹੋਵੇ। 1000 ਰੁਪਏ ਦੀ ਗੱਲ ਕੀਤੀ ਸੀ, ਸਾਡੀਆਂ ਭੈਣਾਂ ਨੇ ਉਹਨਾਂ ਨੂੰ ਐਸੇ ਕਰਕੇ ਵੋਟ ਪਾਈ ਸੀ, 6 ਮਹੀਨੇ ਹੋ ਗਏ, ਦੇਣ ਦਾ ਕੀ ਸੀ ਗੱਲ ਵੀ ਨਹੀਂ ਤੋਰੀ ਅੱਜ ਤੱਕ। ਉਹਨਾਂ ਨੇ ਅਸੀਂ 200 ਯੂਨਿਟ ਮਾਫ ਕੀਤਾ ਸੀ, ਉਹਨਾਂ ਨੇ 300 ਯੂਨਿਟ ਕਹਿਤਾ, ਮੰਨ ਲਈ ਗੱਲ। ਪਰ ਨਾਲ ਇਹ ਵੀ ਕਹਿਤਾ ਕਿ 301 ਯੂਨਿਟ ਹੋ ਗਿਆ ਤਾਂ ਪੂਰੇ ਪੈਸੇ ਲਵਾਂਗੇ। ਕਹਿਣ ਅਤੇ ਕਰਨ ਦੇ ਵਿੱਚ ਬਹੁਤ ਫਰਕ ਹੈ। ਸਾਡੇ ਟਾਈਮ ਦੇ ਵਿੱਚ 200 ਯੂਨਿਟ ਮਾਫ ਕੀਤਾ ਸੀ, ਜੇ 200 ਦੀ ਜੇ 300 ਯੂਨਿਟ ਆ ਗਿਆ ਤਾਂ 100 ਯੂਨਿਟ ਦੇ ਪੈਸੇ ਲੈਂਦੇ ਸੀ, 200 ਯੂਨਿਟ ਦੇ ਪੈਸੇ ਸੀ, ਇਹਨਾਂ ਦੇ ਕੋਈ ਕੰਡੀਸ਼ਨ ਨਹੀਂ ਸੀ, ਕੋਈ ਸ਼ਰਤ ਨਹੀਂ ਸੀ। ਜਿੰਨੀਆਂ ਵੀ ਗੱਲਾਂ ਅਸੀਂ ਕਹੀਆਂ ਨੇ ਉਹ ਇੰਨ ਬਿੰਨ ਲਾਗੂ ਕੀਤੀਆਂ ਨੇ, ਜੇ ਮੇਰਾ ਖਿਆਲ ਆਪਾਂ ਗਿਣ ਵੀ ਨਹੀਂ ਸਕਦੇ ਜਿੰਨੇ ਕੰਮ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਨੇ। ਪਰ ਇਹ ਪਬਲਿਸਿਟੀ ਪੰਜਾਬ 'ਚ ਨਹੀਂ, ਜਾ ਕੇ ਗੁਜਰਾਤ 'ਚ ਕਰਦੇ ਨੇ, ਹਿਮਾਚਲ 'ਚ ਕਰਦੇ ਨੇ, ਹਰਿਆਣੇ 'ਚ ਕਰਦੇ ਨੇ। ਪਰ ਸਾਹਿਬ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਨੇ, ਉਹ ਕੋਈ ਆਪ ਦਾ ਚੀਫ ਮਿਨਿਸਟਰ ਨਹੀਂ, ਪੰਜਾਬ ਦਾ ਚੀਫ ਮਿਨਿਸਟਰ ਹੈ, ਉਹ ਜਾ ਕੇ ਪ੍ਰੈਸ ਕਾਨਫਰੰਸ ਪਾਣੀ ਦੇ ਉੱਤੇ ਜਾ ਕੇ ਹਰਿਆਣੇ 'ਚ ਕਰਨ, ਕੀ ਗੱਲ ਸ਼ੋਅ ਹੋ ਜਾਂਦੀ ਹੈ? ਉਹਨਾਂ ਨੂੰ ਬੈਠ ਕੇ ਪੰਜਾਬ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ। ਉਹ ਕੇਜਰੀਵਾਲ ਨੂੰ ਨਾ ਬਿਠਾਉਣ ਉਹਦੇ ਵਿੱਚ ਕਿਉਂ ਬਿਠਾਉਣ? ਵੀ ਜੇ ਚੀਫ ਮਿਨਿਸਟਰ ਹੈ ਪੰਜਾਬ ਦਾ ਤਾਂ ਸਾਹਿਬ ਭਗਵੰਤ ਸਿੰਘ ਮਾਨ ਹੈ, ਉਹਨੂੰ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ, ਔਰ ਡਟਣਾ ਚਾਹੀਦਾ, ਉਹਨੂੰ ਇਸ ਗੱਲ ਕਹਿਣੀ ਚਾਹੀਦੀ ਹੈ ਕਿ ਪਾਣੀ ਦੇ ਰਾਖੇ ਹਾਂ ਅਸੀਂ, ਪੰਜਾਬ ਦੇ ਲਈ ਮਰਾਂਗੇ। ਜੇ ਇਹ ਆਪ ਚਾਹੁਣ ਵੀ ਕਿ ਪਾਣੀ ਅਸੀਂ ਹਰਿਆਣੇ ਦੇਣਾ, ਤਾਂ ਵੀ ਪੰਜਾਬੀ ਲੈਣ ਨਹੀਂ ਦੇਣਗੇ, ਮਰ ਜਾਣਗੇ ਪੰਜਾਬੀ, ਪਰ ਪਾਣੀ ਦੀ ਬੂਤ ਨਹੀਂ ਜਾਣ ਦੇਣਗੇ। ਇਹ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿਣਾ। ਅਤੇ ਇਹ ਕਾਂਗਰਸ ਦੇ ਲੋਕ ਸਭਾ ਮੈਂਬਰ ਹੈ ਪ੍ਰਨੀਤ ਕੌਰ ਜੀ, ਉਹ ਕਹਿੰਦੇ ਵੀ ਬੀਜੇਪੀ ਜਾਣ ਨਾਲ ਕੈਪਟਨ ਸਾਹਿਬ ਦੇ ਪੰਜਾਬ ਦਾ ਬਹੁਤ ਫਾਇਦਾ ਹੋਏਗਾ ਕੈਪਟਨ ਸਾਹਿਬ ਦਾ ਜੀ? ਦੇਖੋ ਉਹ ਤਾਂ ਜੋ ਕਰਦੇ ਨੇ ਫਾਇਦਾ ਹੀ ਕਰਦੇ ਨੇ ਜੀ, ਪਹਿਲਾਂ ਉਹਨੇ ਆਪਣੀ ਪਾਰਟੀ ਬਣਾਈ ਸੀ, ਜਦ ਹੀ ਫਾਇਦਾ ਹੋਇਆ ਸੀ, ਜੇ ਹੁਣ ਉਹ ਬੀਜੇਪੀ 'ਚ ਪਾ ਕੇ ਫਿਰ ਵੀ ਫਾਇਦਾ ਹੋਇਆ, ਜੇ ਕੱਲ੍ਹ ਨੂੰ ਕਿਸੇ ਹੋਰ ਪਾਰਟੀ ਜਾਣਗੇ ਉਹ ਕਿਤੇ ਕਹਿਣਗੇ ਵੀ ਸਾਡਾ ਨੁਕਸਾਨ ਹੋਇਆ, ਉਹ ਤਾਂ ਹੁਣ ਲੁਕਦੇ ਫਿਰਦੇ ਨੇ। ਨਿੱਜੀ ਫਾਇਦਾ ਸਾਰੇ ਹੀ ਹੈ ਜੀ। ਦੇਖੋ ਪਰਚੇ ਕਿੰਨੇ ਹੋਏ ਨੇ, ਉਹਨਾਂ 'ਤੇ ਪਰਚੇ ਹੋਏ ਨੇ, ED ਦਾ ਪਰਚਾ ਹੈ, ਉਹ ਸਵਾਲੇ ਦਾ ਪਰਚਾ ਹੈ, ਚਲ ਸਾਨੂੰ ਉਸ ਗੱਲ ਤੋਂ ਕੀ ਲੈਣਾ? ਪਰ ਨਿੱਜੀ ਫਾਇਦਾ ਉਹਨਾਂ ਦਾ ਵਾਕਈ ਹੋਇਆ, ਲੋਕਾਂ ਦਾ ਫਾਇਦਾ ਤਾਂ ਜੋ ਗੱਲ ਲੋਕਲ ਰੀਜਨਲ ਪਾਰਟੀ ਕਰ ਸਕਦੀ ਹੈ, ਸ਼੍ਰੋਮਣੀ ਅਕਾਲੀ ਦਲ ਕਰ ਸਕਦਾ, ਹੋਰ ਕੋਈ ਪਾਰਟੀ ਨਹੀਂ ਕਰਦੀ। ਉਹਨਾਂ 'ਚ ਵਿਸ਼ਵਾਸ ਨਾ ਕਹਿਣਾ, ਸਾਰੇ ਬੰਦਿਆਂ ਦੀ ਨਿਗਾਹ ਦਿੱਲੀ ਕਰਨੀ ਹੁੰਦੀ ਹੈ। ਮੈਂ ਮੰਨਦਾ ਇਸ ਗੱਲ ਦੀ ਕਿ ਅਸੀਂ ਬਹੁਤ ਪਿੱਛੇ ਰਹਿ ਗਏ, ਸਭ ਤੋਂ ਗਲਤੀਆਂ ਵੀ ਹੋਈਆਂ ਨੇ, ਇਹ 'ਚ ਕੋਈ ਕਹਿਣ ਦੇ ਵਿੱਚ ਕੋਈ ਉਹ ਨਹੀਂ, ਸਭ ਤੋਂ ਗਲਤੀਆਂ ਵੀ ਹੋਈਆਂ ਨੇ, ਉਹ ਗਲਤੀਆਂ ਦਾ ਅਸੀਂ ਭੁਗਤ ਵੀ ਰਹੇ ਹਾਂ। ਪਰ ਫਿਰ ਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਕਿ ਗਲਤੀਆਂ ਕਰਕੇ ਬੰਦਾ ਸਿੱਖਦਾ ਹੈ, ਅਸੀਂ ਸਿੱਖਾਂਗੇ, ਅੱਗੇ ਆਵਾਂਗੇ। ਵੀ ਪਾਰਲੀਮੈਂਟ ਦੇ ਵਿੱਚ ਦੇਖ ਲਿਓ, ਕੋਈ ਅਸੈਂਬਲੀ ਆਉਣੀ ਉਹਦੇ 'ਚ ਦੇਖ ਲਿਓ, ਰਿਜ਼ਲਟ ਬਹੁਤ ਵਧੀਆ ਹੋਣਗੇ। SGPC ਦੀਆਂ ਇਲੈਕਸ਼ਨਾਂ ਆ ਗਈਆਂ ਨੇ ਜੀ, ਅਕਾਲੀ ਦਲ ਉਹਦੇ ਲਈ ਤਿਆਰ ਹੈ? ਪੂਰਾ 100% ਤਿਆਰ ਹੈ ਜੀ, ਤੈਨੂੰ ਕੱਲ੍ਹ ਨੂੰ ਅਜੇ ਤਾਂ ਕੱਲ੍ਹ ਵੀ ਇਲੈਕਸ਼ਨ ਲਈ ਅਸੀਂ ਤਿਆਰ, ਜਦੋਂ ਮਰਜ਼ੀ ਸਰਕਾਰ, ਜਦੋਂ ਮਰਜ਼ੀ ਆ ਜੇ, ਟਾਈਮ ਦੇ ਉੱਪਰ ਤੁਸੀਂ ਮੰਗ ਕਰਦੇ ਹੋ, ਟਾਈਮ ਦੇ ਉੱਪਰ ਹੀ ਹੋਣੀ। ਦੇਖੋ ਇਲੈਕਸ਼ਨ ਤਾਂ ਟਾਈਮ ਸਿਰ ਹੋਣੀ ਚਾਹੀਦੀ ਹੈ, ਹਰ ਇਲੈਕਸ਼ਨ ਟਾਈਮ ਸਿਰ ਹੋਣੀ ਚਾਹੀਦੀ ਹੈ, ਪਰ ਇਹ ਸੈਂਟਰ ਸਰਕਾਰ ਨੇ ਕਿਉਂ ਹੁੰਦੀ ਹੈ ਕਿ ਨਾ ਸਾਡੇ ਬੱਸ 'ਚ ਹੈ ਨਾ ਹੋਰ ਕਿਸੇ ਦੇ ਬੱਸ ਹੈ, ਸੈਂਟਰ ਉਹਨਾਂ ਨੇ ਲੇਟ ਕਰਦੇ ਨੇ, ਪਤਾ ਨਹੀਂ ਕਿਉਂ ਕਰਦੇ। ਇਹ ਸ਼ੁਰੂ ਤੋਂ ਹੁੰਦਾ ਆਇਆ, ਮੇਰਾ ਖਿਆਲ ਅਸੀਂ ਸੁਣਦੇ ਹੁੰਦੇ ਸੀ, ਥੋੜ੍ਹਾ ਸਾਹਿਬ ਵਕਤ ਹੀ ਸੁਣਦੇ ਹੁੰਦੇ ਸੀ ਵੀ ਕਈ ਕਈ ਸਾਲ ਇਲੈਕਸ਼ਨ ਨਹੀਂ ਸੀ ਹੁੰਦੀ, ਹੋਰ ਨਹੀਂ ਸੀ ਹੁੰਦੀ। ਅਤੇ ਇਹਦੇ 'ਚ ਤਾਂ ਮੇਰਾ ਖਿਆਲ 5-6 ਸਾਲ ਤਾਂ ਕੋਰਟ 'ਚ ਲੰਘੇ, ਸੁਪਰੀਮ ਕੋਰਟ 'ਚ ਲੰਘੇ। ਜੇ ਸੈਂਟਰ ਲੇਟ ਕਰਦੀ ਤਾਂ ਅਕਾਲੀ ਦਲ ਮੌਜੂਦਾ ਜਿਹੜੀ ਹੈਗੀ ਹੈ ਗਵਰਨਿੰਗ ਬਾਡੀ, ਉਹਨੂੰ ਫਾਇਦਾ? ਦੇਖੋ ਫਾਇਦੇ ਨੁਕਸਾਨ ਵਾਲੀ ਗੱਲ ਨਹੀਂ, ਜੇ ਅੱਜ ਇਲੈਕਸ਼ਨ ਹੋ ਜਾਵੇ ਤਾਂ ਵੀ ਹਮੇਸ਼ਾ, ਤੁਸੀਂ ਇਹ ਦੇਖ ਲਓ ਪਿਛਲੇ 100 ਸਾਲ ਤੋਂ ਦੇਖ ਲਓ, 100-200 ਸਾਲ ਤੋਂ ਦੇਖ ਲਓ, ਸ਼੍ਰੋਮਣੀ ਕਮੇਟੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਕੋਲ ਰਹੀ ਹੈ। ਲੋਕ ਇਹਨੂੰ ਕਿਸੇ ਕੋਲ, ਇਹ ਲੋਕਾਂ ਨੂੰ ਪਤਾ ਕਿ ਕਿੰਨਾ ਔਖੀ ਲਈ ਆ, ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਐਡੀਆਂ ਕੁਰਬਾਨੀਆਂ ਤਾਂ ਮੇਰਾ ਖਿਆਲ ਦੁਨੀਆ 'ਚ ਨਹੀਂ ਕਿਤੇ ਹੋਈਆਂ ਹੋਣੀਆਂ, ਜਿਹੜੀ ਸ਼੍ਰੋਮਣੀ ਕਮੇਟੀ ਦਾ ਕਾਨੂੰਨ ਬਣਿਆ, ਔਰ ਦੁਨੀਆ ਦੇ ਵਿੱਚ ਇੱਕੋ ਪਾਰਟੀ ਹੈ ਜਿਹੜੀ ਇਲੈਕਟਡ ਪਾਰਟੀ ਹੈ। ਦੇਖੋ ਮੈਨੂੰ ਇਸ ਚੀਜ਼ ਦਾ ਬੜਾ ਦੁੱਖ ਹੈ, ਅਸੀਂ ਆਪ ਇਹ ਆਪਣੀ ਚੀਜ਼ ਨੂੰ ਨਹੀਂ ਦਿੰਦੇ ਹਾਂ, ਹੋਰ ਕੋਈ ਬਾਹਰਲਾ ਨਹੀਂ ਦਿੰਦਾ। ਸਾਡੀ ਉਮਰ ਸਭ ਤੋਂ ਘੱਟ ਹੈ, ਕ੍ਰਿਸਚਨ ਦੀ ਦੇਖ ਲਈਏ, ਹਿੰਦੂ ਦੇਖ ਲਈਏ, ਮੁਸਲਮਾਨ ਦੇਖ ਲਈਏ, ਸਾਰਿਆਂ ਦੀ ਉਮਰ ਬਹੁਤ ਵੱਡੀ ਹੈ, ਸਾਡੀ ਤਾਂ ਉਮਰੇ 400-500 ਸਾਲ ਹੈ ਜੀ। ਪਰ ਜੋ ਕੰਮ ਸ਼੍ਰੋਮਣੀ ਕਮੇਟੀ ਕਰ ਰਹੀ ਹੈ ਜਾਂ ਸਾਡੀ ਕਮਿਊਨਿਟੀ ਕਰ ਰਹੀ ਹੈ, ਪੰਜਾਬੀ ਕਰ ਰਹੇ ਨੇ, ਸਾਰੀ ਦੁਨੀਆ ਦੇ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਲੰਗਰ ਵੀ ਹੈ, ਉੱਥੇ ਰਹਿਸ਼ਦਾਨ 'ਚ ਜਾਂਦੀ ਹੈ।
जे तुसीं गोरियां कोल गल करो वो तो मन तैयार ही नहीं, हैरान होंदे ने इस गल्ल दे उत्ते कि जी लंगर फ्री है, इतने रहायश भी फ्री है, कोई दुनिया बंद कि साढ़े को मेरा ख्याल है भी आप कहने श्रोमणी को बहुत पैसे ने जी आ, इन्हों के मुकाबले साढ़े को कुछ भी है नहीं। आप कई मंत्रियों देख रहे कि 100-100 क्वांटल सोना पे। A South Asian Canadian channel.